ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵੀਡੀਓ ਦੇ ਵਿੱਚ ਯੂਐਸ ਮੈਕਸੀਕੋ ਦੇ ਬਾਰਡਰ ਨੂੰ ਲੈ ਕੇ ਜਿਹੜੀ ਲੇਟੈਸਟ ਅਪਡੇਟ ਆਈ ਹੈਗੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਬਾਈਡਨ ਪ੍ਰਸ਼ਾਸਨ ਨੇ ਇੱਕ ਨਵਾਂ ਪਲਾਨ ਇੱਕ ਨਵਾਂ ਪ੍ਰੋਗਰਾਮ ਜਿਹੜਾ ਲੈ ਕੇ ਆਂਦਾ ਹੈਗਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਕਿ ਇਹ ਹਰ ਮਹੀਨੇ 30000 ਲੋਕਾਂ ਨੂੰ ਅਮਰੀਕਾ ਦੇ ਅੰਦਰ ਲੈਣਗੇ ਸੋ ਕੌਣ-ਕੌਣ ਇਹਦੇ ਵਾਸਤੇ ਐਲੀਜੀਬਲ ਹੈਗਾ ਉਹਦੇ ਬਾਰੇ ਅਸੀਂ ਅੱਗੇ ਗੱਲ ਕਰਦੇ ਹਾਂ ਡੂ ਨਾਟ ਡੂ ਨਾਟ ਜਸ ਸ਼ੋ ਅਪ ਅਟ ਦ ਬਾਰਡਰ Stay where you are and apply legally from there. We are creating an appointment system for individuals to seek entry at our ports of entry, just like the parole program. This can be done on one smartphone with an app called CBP One. We will welcome up to thirty thousand individuals per month to come safely to live and work here for two years so is on homeland security the secretary. Okay. ਨਵਾਂ ਪਲਾਨ ਨਵਾਂ ਪ੍ਰੋਗਰਾਮ ਜਿਹੜਾ ਇਹਨਾਂ ਨੇ ਲੈ ਕੇ ਆਂਦਾ ਹੈਗਾ ਯੂਐਸ ਮੈਕਸੀਕੋ ਦੇ ਬਾਰਡਰ ਦੇ ਵਾਸਤੇ ਜਿਹਦੇ ਬਾਰੇ ਇਹ ਜਾਣਕਾਰੀ ਦੇ ਰਹੇ ਸਨ ਸੋ ਪ੍ਰੈਜ਼ੀਡੈਂਟ ਬਾਈਡਨ ਵੀ ਲੋਕਾਂ ਨੂੰ ਅਪੀਲ ਕਰ ਰਹੇ ਸਨ ਕਿ ਬਾਰਡਰ ਦੇ ਉੱਤੇ ਤੁਸੀਂ ਨਾ ਆਓ ਜਿੱਥੇ ਵੀ ਤੁਸੀਂ ਉਹ ਉੱਥੇ ਰਹਿ ਕੇ ਤੁਸੀਂ ਇਸ ਪ੍ਰੋਗਰਾਮ ਦੇ ਰਾਹੀਂ ਅਪਲਾਈ ਕਰੋ ਸੋ ਇਹ ਨਵਾਂ ਪ੍ਰੋਗਰਾਮ ਨਵਾਂ ਪਲਾਨ ਜਿਹੜਾ ਹੈਗਾ ਜੋ ਕਿ ਸਿਰਫ 4 ਦੇਸ਼ਾਂ ਦੇ ਵਾਸਤੇ ਇਹਨਾਂ ਨੇ ਲੈ ਕੇ ਆਂਦਾ ਹੈਗਾ 4 ਦੇਸ਼ ਜਿਹੜੇ ਹੈਗੇ ਆ ਵੈਨਿਜੂਏਲਾ ਨਿਕਾਰਾਗਵਾ ਕਿਊਬਾ ਅਤੇ ਹੈਟੀ ਇਹਨਾਂ ਚਾਰਾਂ ਦੇਸ਼ਾਂ ਤੋਂ ਆਉਣ ਵਾਲੇ ਲੋਕ ਹੀ ਇਸ ਪ੍ਰੋਗਰਾਮ ਦੇ ਰਾਹੀਂ ਅਪਲਾਈ ਕਰ ਸਕਦੇ ਆਗੇ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਇਹਨਾਂ ਦੇਸ਼ਾਂ ਤੋਂ ਹੀ ਬਾਰਡਰ ਦੇ ਉੱਤੇ ਆਉਂਦੇ ਹੈਗੇ ਆ ਸੋ ਇਹਨਾਂ ਦੀ ਗਿਣਤੀ ਨੂੰ ਰੋਕਣ ਦੇ ਵਾਸਤੇ ਬਾਈਡਨ ਪ੍ਰਸ਼ਾਸਨ ਨੇ ਇਹ ਨਵਾਂ ਪ੍ਰੋਗਰਾਮ ਲੈ ਕੇ ਆਂਦਾ ਹੈਗਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਕਿ ਸਿਰਫ 30000 ਲੋਕਾਂ ਨੂੰ ਹੀ ਇਹ ਹਰ ਮਹੀਨੇ ਅਮਰੀਕਾ ਦੇ ਅੰਦਰ ਲੈਣਗੇ ਸੋ ਇਸ ਪ੍ਰੋਗਰਾਮ ਦੇ ਵਾਸਤੇ ਅਪਲਾਈ ਕਰਨ ਦੇ ਵਾਸਤੇ ਇਹਨਾਂ ਨੇ ਕਿਹਾ ਹੈਗਾ ਕਿ CBP1 ਐਪ ਜਿਹੜੀ ਹੈਗੀ ਹੈ ਉਹਦੇ ਰਾਹੀਂ ਇਹ ਲੋਕ ਅਪਲਾਈ ਕਰ ਸਕਦੇ ਹੈਗੇ ਆ ਉਸ ਤੋਂ ਇਲਾਵਾ एलिजिਬਿਲਟੀ ਜਿਹੜੀ ਹੈਗੀ ਹੈ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਜਿਹੜਾ ਸਿਕਿਉਰਟੀ ਬੈਕਗ੍ਰਾਉਂਡ ਚੈੱਕ ਕੀਤਾ ਜਾਊਗਾ ਵੈਕਸੀਨੇਸ਼ਨ ਜਿਹੜੀ ਹੈਗੀ ਹੈ ਪੂਰੀ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਇੱਕ ਸਪான்ਸਰ ਹੋਣਾ ਚਾਹੀਦਾ ਹੈਗਾ ਜੋ ਇਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਸਕੇ ਸੋ ਇਹ ਜਿਹੜੀਆਂ ਰਿਕੁਆਇਰਮੈਂਟਾਂ ਹੈਗੀਆਂ ਜਦੋਂ ਰਿਕੁਆਇਰਮੈਂਟਾਂ ਪੂਰੀਆਂ ਹੋ ਗਈਆਂ ਜਦੋਂ ਇਹਨਾਂ ਦੀ ਐਪਲੀਕੇਸ਼ਨ ਅਪਰੂਵ ਹੋ ਗਈ ਤਾਂ ਇਹ 2 ਸਾਲ ਵਾਸਤੇ ਅਮਰੀਕਾ ਦੇ ਵਿੱਚ ਆ ਸਕਦੇ ਆ ਬਾਕੀ ਇਹ ਪ੍ਰੋਗਰਾਮ ਸਿਰਫ ਚਾਰ ਦੇਸ਼ਾਂ ਦੇ ਵਾਸਤੇ ਹੀ ਹੈਗਾ ਜਿਹਦੇ ਬਾਰੇ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਵੈਨਿਜੂਏਲਾ ਨਿਕਾਰਾਗਵਾ ਕਿਊਬਾ ਅਤੇ ਹੈਟੀ ਇਹਨਾਂ ਚਾਰਾਂ ਦੇਸ਼ਾਂ ਤੋਂ ਆਉਣ ਵਾਲੇ ਲੋਕ ਹੀ ਇਸ ਪ੍ਰੋਗਰਾਮ ਦੇ ਵਾਸਤੇ ਐਲੀਜੀਬਲ ਹੈਗੇ ਆ ਬਾਕੀ ਇੰਡੀਆ ਦੀ ਜੇਕਰ ਗੱਲ ਕਰੀਏ ਪੰਜਾਬ ਤੋਂ ਹਰਿਆਣਾ ਤੋਂ ਜਿਹੜੇ ਲੋਕ ਆਉਂਦੇ ਹੈਗੇ ਆ ਬਾਰਡਰ ਕ੍ਰੋਸ ਕਰਕੇ ਉਹਨਾਂ ਵਾਸਤੇ ਇਹ ਪ੍ਰੋਗਰਾਮ ਨਹੀਂ ਹੈਗਾ ਵੈ ਸਿਰਫ ਇਹਨਾਂ ਚਾਰਾਂ ਦੇਸ਼ਾਂ ਤੋਂ ਆਉਣ ਵਾਲੇ ਲੋਕ ਹੀ ਆਪਣੇ ਦੇਸ਼ ਵਿੱਚ ਰਹਿ ਕੇ ਜੋ ਹੈ ਅਪਲਾਈ ਕਰ ਸਕਦੇ ਹੈਗੇ ਆ ਤੇ ਇਸ ਪ੍ਰੋਗਰਾਮ ਦੇ ਰਾਹੀਂ ਯੂ ਐਸ ਏ ਦੇ ਵਿੱਚ ਲੀਗਲੀ ਆ ਸਕਦੇ ਹੈਗੇ ਆ ਸੋ ਅੱਜ ਵਾਸਤੇ ਇੰਨਾ ਹੀ ਫਿਰ ਮਿਲਦੇ ਆ ਨਵੇਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ